ਇਹ ਲੋਕ ਨੇ ਸੰਗਤ ਦੇ ਹੱਥੋਂ ਪ੍ਰਸ਼ਾਦੇ ਖੋਣ ਨੂੰ ਤਿਆਰ ਬੈਠੇ ਆ। ਮਾਇੰਡ ਨਾ ਕਰੋ ਤਾਂ, ਜੇ ਨਹੀਂ ਤਾਂ ਕੋਈ ਚੱਕਰ ਨਹੀਂ। ਬਾਬਾ ਕਹਿੰਦਾ ਓਕੇ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਹਾਂ, ਕਿਉਂਕਿ ਜੋ ਅੱਜ ਹੋਇਆ ਸਪੈਸ਼ਲੀ ਗੁਰਦੁਆਰਾ ਸਾਹਿਬ 'ਚ, ਹੈ ਨਾ, ਆਪਾਂ ਸੋਚ ਵੀ ਨਹੀਂ ਸਕਦੇ ਵੀ ਗੁਰਦੁਆਰਾ ਸਾਹਿਬ ਅੱਜ ਤੱਕ ਸੁਣਿਆ ਸੀਗਾ ਵੀ ਏਦਾਂ ਹੁੰਦਾ, ਅੱਜ ਪਹਿਲੀ ਵਾਰ ਮੇਰੇ ਨਾਲ ਹੋਇਆ। ਸੋ ਦਸ਼ਮੇਸ਼ ਕਲਚਰ ਗੁਰਦੁਆਰਾ ਸਾਹਿਬ ਕੈਲਗਰੀ ਦੇ ਵਿੱਚ, ਬਹੁਤ ਵੱਡਾ ਗੁਰਦੁਆਰਾ, ਠੀਕ ਆ। ਉੱਥੇ ਗਈ ਤੇ ਸਵੇਰ ਦਾ ਟਾਈਮ ਸੀ, ਮੱਥਾ ਟੇਕਣ ਗਈ ਤੇ ਮੈਂ ਸੋਚ ਚਲੋ ਪ੍ਰਸ਼ਾਦਾ ਛਕ ਲੈਣੀ, ਪ੍ਰਸ਼ਾਦਾ ਨਹੀਂ ਮਤਲਬ ਚਾਹ ਤੇ ਪਰੌਂਠੀਆਂ ਹੁੰਦੀਆਂ ਇਸ ਟਾਈਮ, ਹਨਾ। ਮੈਂ ਕਿਹਾ ਚਲੋ ਚੱਲ ਜਾਣੀ, ਮੈਂ ਗਈ, ਮੈਂ ਇੱਕ ਪਰੌਂਠੀ ਲਈ ਬਾਬਾ ਜੀ ਤੋਂ। ਮੈਂ ਉਹਨਾਂ ਨੂੰ ਪੁੱਛਿਆ, ਹਨਾ, ਮੈਂ ਕਿਹਾ ਬਾਬਾ ਜੀ ਇੱਕ ਪਰੌਂਠੀ ਦੇ ਸਕਦੇ ਹੋ ਤੁਸੀਂ ਹੋਰ ਵੀ, ਜੇ ਮਾਇੰਡ ਨਾ ਕਰੋ ਤਾਂ, ਜੇ ਨਹੀਂ ਤਾਂ ਕੋਈ ਚੱਕਰ ਨਹੀਂ। ਬਾਬਾ ਕਹਿੰਦਾ ਓਕੇ, ਠੀਕ ਆ। ਸੋ ਇੱਕ ਪਰੌਂਠੀ ਮੈਂ ਖਾਣ ਲਈ ਲੈ ਲਈ, ਇੱਕ ਮੈਂ ਨਾਲ ਲੈ ਲਈ, ਠੀਕ ਆ। ਫਿਰ ਮੈਂ ਉੱਥੋਂ ਲੈ ਕੇ ਪਰੌਂਠੀ, ਮੈਨੂੰ ਪਿੱਛੋਂ ਸੁਣਨ ਨੂੰ ਆ ਰਿਹਾ ਸੀ ਕੁੜੀ ਰੋਟੀ, ਕੁੜੀ ਰੋਟੀ, ਮੈਂ ਧਿਆਨ ਨਹੀਂ ਦਿੱਤਾ। ਮੈਂ ਕਿਹਾ ਚਲੋ ਕੀ ਤਾਂ ਕਿਸੇ ਹੋਰ ਦੀ ਗੱਲ ਕਰਦੇ ਹੋਣ। ਮੈਂ ਚਾਹ ਵੱਲ ਨੂੰ ਚੱਲ ਗਈ ਚਾਹ ਲੈਣ ਵਾਸਤੇ। ਉਹਨਾਂ 'ਚੋਂ ਦੋ ਸੇਵਾਦਾਰ ਪਿੱਛੇ ਆਉਂਦੇ ਨੇ, ਅੰਕਲ ਸੀਗੇ ਦੋ, ਪਿੱਛੇ ਆਉਂਦੇ ਨੇ ਤੇ ਮੈਨੂੰ ਕਹਿੰਦੇ ਤੂੰ ਕੁੜੀਏ ਬਹੁਤ ਰੋਟੀਆਂ ਲੈ ਲਈਆਂ। ਮੈਂ ਕਿਹਾ ਅੰਕਲ ਜੀ ਮੈਂ ਪਹਿਲੀ ਗੱਲ ਤੇ ਆਪ ਨਹੀਂ ਚੱਕਿਆ ਕੁਛ, ਮੈਨੂੰ ਖੁਦ ਉਹਨਾਂ ਨੇ ਫੜਾਇਆ, ਮੈਂ ਪੁੱਛਿਆ ਉਹਨਾਂ ਨੇ ਫੜਾਤੀ ਮੈਨੂੰ ਰੋਟੀ, ਹਨਾ, ਪ੍ਰਸ਼ਾਦਾ। ਤੇ ਫਿਰ ਕਹਿੰਦੇ ਨਹੀਂ ਤੂੰ ਝੂਠ ਬੋਲਦੀ ਪਈ ਆ। ਮੈਂ ਕਿਹਾ ਉਹ ਪਈ ਮੇਰੀ ਥਾਲੀ, ਅੰਕਲ ਜੀ ਚੈੱਕ ਕਰ ਲਓ ਤੇ ਆ ਰਿਹਾ ਮੇਰਾ ਬੈਗ, ਚੈੱਕ ਕਰ ਲਓ। ਲਿਟਰਲੀ ਇਦਾਂ ਦਾ ਟਾਈਮ ਆ ਗਿਆ, ਮੇਰੀ ਉੱਥੇ ਖੜੀ ਦੀਆਂ ਅੱਖਾਂ ਤਾਂ ਰਹੀਆਂ ਕਿ ਗੁਰਦੁਆਰਾ ਸਾਹਿਬ ਵੀ ਮੰਨਿਆ ਜਾਂਦਾ ਵੀ ਤੁਹਾਨੂੰ ਕੋਈ ਨੀ ਪੁੱਛੂਗਾ, ਤੁਸੀਂ ਉੱਥੇ ਬਹਿ ਕੇ ਖਾ ਕੇ ਆ ਸਕਦੇ ਹੋ, ਜੇ ਤੁਹਾਨੂੰ ਲੋੜ ਆ ਤੁਸੀਂ ਲੈ ਕੇ ਵੀ ਆ ਸਕਦੇ ਹੋ। ਬਟ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਆ ਕੁਛ ਹੋਣ ਲੱਗ ਗਿਆ ਕਿ ਆਪਾਂ ਖੁਦ ਪੰਜਾਬੀ ਹੋ ਗਏ, ਹੁਣ ਆਪਾਂ ਨੂੰ ਐਂ ਹੋਣ ਲੱਗ ਗਿਆ ਕਿ ਨਹੀਂ ਨਾ ਜਾਈਏ, ਹੁਣ ਆ ਕੁਛ ਰਹਿ ਗਿਆ, ਹਨਾ। ਤੇ ਦੂਜੀ ਕਮਿਊਨਿਟੀ ਕਿੱਥੋਂ ਆਜੂਗੀ? ਤੁਸੀਂ ਕੀ ਸਿਖਾ ਰਹੇ ਹੋ ਆਪਦੇ ਕਲਚਰ ਦੇ ਬਾਰੇ? ਗੁਰੂ ਨਾਨਕ ਦੇਵ ਜੀ ਦਾ, ਬਾਬੇ ਗੁਰੂ ਨਾਨਕ ਦਾ 20 ਰੁਪਏ ਦਾ ਲੰਗਰ ਜਿਹੜਾ ਉਹ ਅੱਜ ਤੱਕ ਚੱਲਦਾ ਆ ਰਿਹਾ, ਬਟ ਇਹ ਸੇਵਾਦਾਰ ਏਦਾਂ ਦੇ ਕਰਪਟ ਲੋਕ, ਇੰਨਾ ਮਾੜਾ ਫੀਲ ਹੋ ਰਿਹਾ, ਇੰਨਾ ਮਾੜਾ ਲੱਗ ਰਿਹਾ ਨਾ ਇਹ ਚੀਜ਼ ਦੇ ਵਿੱਚੋਂ ਨਿਕਲ ਕੇ। ਹੁਣ ਮੈਂ ਵੀ ਇਹ ਸਾਡੇ ਨਾਲ ਕੀਤੀ ਆ, ਹਨਾ, ਹੋਰ ਪਤਾ ਨੀ ਕਿੰਨੇ ਕੁ ਸਟੂਡੈਂਟ ਨੇ, ਕਿੰਨੇ ਕੁ ਜਣੇ ਨੇ ਜਿਹਨਾਂ ਨੇ ਕਰਦੇ ਆ, ਪਤਾ ਨੀ ਗਾਈਸ, ਮੈਨੂੰ ਸਮਝ ਨੀ ਆ ਰਹੀ ਕਿ ਕੀ ਕੀਤਾ ਜਾਵੇ ਇਹਨਾਂ ਲੋਕਾਂ ਦਾ। ਗੁਰਦੁਆਰਾ ਸਾਹਿਬ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਜੇ ਲੰਗਰ ਉੱਥੇ ਲਾਇਆ ਹੈਗਾ ਵੀ ਵੱਧ ਤੋਂ ਵੱਧ ਸੰਗਤ ਆਵੇ ਤੇ ਛਕੀ, ਤੇ ਇਹ ਲੋਕ ਨੇ ਸੰਗਤ ਦੇ ਹੱਥੋਂ ਪ੍ਰਸ਼ਾਦੇ ਖੋਣ ਨੂੰ ਤਿਆਰ ਬੈਠੇ ਆ। ਜਸ ਪੰਜਾਬੀ, ਹੱਕ ਸੱਚ ਅਤੇ ਆਵਾਮ ਦੀ ਆਵਾਜ਼।